ਪਿਓ ਤਬ ਚੰਡ ਪ੍ਰਚੰਡ ਹੈ ਭਾਰੀ। ਜੁਦ ਵਹਾਂ ਅਸਰੰਗਨ ਸਾਥ ਪਿਓ ਤਬ ਚੰਡ ਪ੍ਰਚੰਡ ਹੈ ਭਾਰੀ। ਉਸ ਵੇਲੇ ਰਾਕਸ਼ਾਂ ਨਾਲ ਭਾਰੀ ਯੁੱਧ, ਯਾਨੀ ਖਤਰਨਾਕ ਹਾਲਤ ਵਿੱਚ ਯੁੱਧ ਆ ਗਿਆ। ਯੁੱਧ ਇੱਕ ਫੈਸਲਾ ਕਰਨ ਸਟੇਜ 'ਚ ਆ ਗਿਆ, ਖਤਰਨਾਕ ਮੋੜ 'ਤੇ ਆ ਗਿਆ। ਆਪ ਜਿਹੜੇ ਦੈਂਤ ਨੇ, ਸ਼੍ਰੋਮਣੀ ਦੈਂਤ ਨੇ, ਆਪ ਆ ਗਏ ਮੈਦਾਨ 'ਚ। ਪਹਿਲਾਂ ਤਾਂ ਸੈਨਾਪਤੀ ਆਉਂਦੇ ਸੀ, ਛੋਟੇ ਛੋਟੇ ਆਉਂਦੇ ਸੀ, ਹੁਣ ਆਪ ਆ ਗਏ ਜਿਹੜੇ ਆਗੂ ਸੀ। ਸੈਨ ਅਪਾਰ ਹਕਾਰ ਸੁਧਾਰ ਵਿਧਾਰ ਸੰਘਾਰ ਦਈ ਰਣਕਾਰੀ। ਉੱਧਰ ਦਾ ਯੁੱਧ ਖਤਰਨਾਕ ਸਟੇਜ 'ਚ ਆ ਗਿਆ, ਫੈਸਲਾ ਕੁੰਨ ਆ ਗਿਆ, ਉੱਧਰ ਕਥਾ ਦੀ ਸਮਾਪਤੀ ਆ ਗਈ। ਕੁਛ ਭੇਦ ਖੋਲ ਰਹੇ ਨੇ ਇਹਨਾਂ ਸਵਈਆਂ ਦੇ ਵਿੱਚ, ਐਸਾ ਭੇਦ ਖੋਲ ਰਹੇ ਨੇ ਵੀ ਦਰਅਸਲ ਯੁੱਧ ਇਹ ਕੀ ਹੈ। ਦੋ ਤਿੰਨ ਜਗ੍ਹਾ ਐਸੇ ਕਲਿਊ ਦੇ ਦਿੱਤੇ, ਨਿਸ਼ਾਨ ਦੇ ਦਿੱਤੇ, ਉਹ ਤੋਂ ਸਾਫ਼ ਹੋ ਗਿਆ ਵੀ ਗਿਆਨ ਚਰਚਾ ਇਹ ਪੰਕਤੀ ਦੇ ਵਿੱਚ ਕੀ ਹੈ। ਸੈਨ ਅਪਾਰ ਹਕਾਰ ਸੁਧਾਰ, ਅਪਾਰ ਸੈਨਾ ਨੂੰ ਦਬਕ ਕੇ ਭੈ ਦਿਖਾ ਕੇ, ਗਿਆਨ ਪ੍ਰਚਾਰ ਕਰਕੇ, ਉਪਦੇਸ਼ ਕਰਕੇ ਭੈ ਦਿਖਾ ਕੇ ਸੁਧਾਰਤਾ, ਸੁਧਾਰ ਕੀਤਾ। ਹਕਾਰ ਸੁਧਾਰ, ਸੁਧਾਰ ਹੈ ਨਾਲ ਮਾਰਿਆ ਤਾਂ ਹੈ ਨਹੀਂ ਬਿਲਕੁਲ। ਵਿਧਾਰ ਸੰਘਾਰ ਦਈ ਰਣਕਾਰੀ, ਵਿਧਾਰ ਉਹਨਾਂ ਦੇ ਜਿਹੜੇ ਸੀ ਨਾ ਆਪਣੇ ਜਿੱਥੇ ਅੜੇ ਹੋਏ ਸੀ ਉੱਥੋਂ ਭਜਾਤੇ, ਜਿੱਥੇ ਅੜੇ ਹੋਏ ਸੀ ਉਹਨਾਂ ਦੇ ਬੁੱਧ, ਜਿੱਥੇ ਅੜੀ ਹੋਈ ਸੀ ਦੁਰਮਤ ਜਿਹੜੀ ਸੀ ਉਹਨਾਂ ਦੀ ਅੜੀ ਹੋਈ ਸੀ ਜਿੱਥੇ, ਉਹ ਵਿਧਾਰਤੀ ਭਜਾਤੀ ਅੰਦਰੋਂ ਦੁਰਮਤ। ਗੁਰਮਤ ਨੇ ਦੁਰਮਤ ਦਾ ਹਨਨ ਕਰਤਾ ਮਾਰਤੀ, ਗੁਰਮਤ ਦਾ ਪ੍ਰਚਾਰ ਐਸਾ ਹੋਇਆ, ਦੁਰਮਤ ਉਹਨਾਂ ਦੇ ਅੰਦਰੋਂ ਤਿਆਗ ਗਈ। ਦੁਰਮਤ ਜਿਹੜੇ ਬਕਾਰ ਸੀ ਭੱਜ ਗਏ, ਬਕਾਰ ਭਜਾਏ ਨੇ ਅੰਦਰੋਂ ਵਿਧਾਰ। ਖੇਤ ਪਿਓ ਤਾਂ 400 ਕੋਸ ਲਓ ਸੋ ਉਪਮਾ ਕਵੀ ਦੇਖ ਵਿਚਾਰੀ। 400 ਕੋਸ ਦਾ ਖੇਤ ਸੀ, 400 ਕੋਸ ਦੇ ਏਰੀਏ ਦੇ ਵਿਦਵਾਨ ਇਕੱਠੇ ਸੀ। ਖੇਤ ਪਿਓ ਤਾਂ 400 400 ਕੋਸ ਆਲੇ ਦੁਆਲੇ ਦੇ, 400 ਕੋਸ ਦਾ ਮਤਲਬ ਹੈ ਕੋਸ ਤਾਂ ਹੁਣ ਰਾਜਸਥਾਨ ਦੇ ਤਾਂ ਕੋਸ ਆਪਣੇ 5-5 ਮੀਲ ਦੇ ਨੇ, 6-6 ਮੀਲ ਦੇ ਨੇ। ਕੋਸ ਦੀ ਕੋਈ ਖਾਸ ਨਫਤ ਨਹੀਂ ਕਰਨੀ ਹੈ, ਕਿਸੇ ਵੇਲੇ ਕਿੰਨਾ ਬੜਾ ਕੋਸ ਸੀ, ਕਿਸੇ ਵੇਲੇ ਕਿੰਨਾ ਬੜਾ ਕੋਸ। ਮੇਰਾ ਖਿਆਲ ਹੈ ਜਿਹੜਾ ਇਹ ਕੋਸ ਹੈ ਸਾਰਾ ਹਿੰਦੁਸਤਾਨ ਆ ਜਾਂਦਾ ਹੋਊ 400 ਕੋਸ ਦੇ ਵਿੱਚ। ਜੇ ਇਹਨਾਂ ਦੇ 400 ਕੋਸ ਆਪਾਂ ਮੰਨੀਏ ਰਾਜਸਥਾਨ ਵਾਲੇ, ਤਾਂ ਜੇ ਵਿਚਾਲੇ ਜੇ ਯੁੱਧ ਹੋਵੇ ਸਾਰਾ ਹਿੰਦੁਸਤਾਨ ਆ ਗਿਆ ਵਿੱਚ। ਉਹਨਾਂ ਦੇ ਕਹਿੰਦੇ ਨੇ ਵੀ ਊਂਟ ਤੁਰੀ ਜਾਂਦਾ, ਭੱਜਿਆ ਜਾਂਦਾ, ਜਾਂ ਸਵਾਰ ਥੱਕ ਕੇ ਨਾ ਸਾਹ ਜਿਹਾ ਲੈਂਦਾ ਉੱਤੇ ਨੂੰ ਗੋਡੇ ਜੇ ਚੱਕ ਕੇ, ਜਦ ਕਹਿੰਦੇ ਹੋ ਗਿਆ ਕੋਸ। ਦੋ ਕੋਸ ਪੈਂਡਾ ਹੀ ਕਰ ਸਕਦਾ ਆਦਮੀ, ਉਹਨਾਂ ਦੇ ਦੋ ਪੈਰ 'ਚ ਇੱਕ ਪੈਰ 'ਚ ਇੱਕ ਕੋਸ ਕਰ ਸਕਦਾ। ਇਸ ਕਰਕੇ ਕੋਸ ਦੀ ਕੋਈ ਨਫਤ ਖਾਸ ਨਹੀਂ ਹੈ। 400 ਕੋਸ ਉਹਦਾ ਦੂਰ ਦੂਰ ਤੱਕ ਦੇ ਕਹਿਣ ਦਾ ਮਤਲਬ, 400 ਕੋਸ ਦਾ ਰਣ ਨਹੀਂ ਹੈਗਾ। ਇੱਦਾਂ ਨਹੀਂ ਹੁੰਦਾ ਵੀ 400 ਮੀਲ ਦੇ ਵਿੱਚ ਯੁੱਧ ਫੈਲਿਆ ਹੋਵੇ। 400 ਕੋਸ ਦੇ, 400 ਕੋਸ ਦੇ ਬੰਦੇ ਦੂਰ ਦੁਰਾਡੇ ਦੇ ਜਿੰਨਾ ਵੀ ਏਰੀਆ ਸੀ ਇਹਦਾ, ਉਹ ਆਏ ਹੋਏ ਨੇ। ਸੋ ਉਪਮਾ ਕਵੀ ਦੇਖ ਵਿਚਾਰੀ, ਹਾਂ ਕਵੀ ਨੇ ਐਸੀ ਉਪਮਾ ਵਿਚਾਰੀ ਹੈ ਐਡੇ ਬੜੇ ਜੰਗ ਨੂੰ ਦੇਖ ਕੇ। ਪੂਰਨ ਏਕ ਘੜੀ ਨਾ ਪਰੀ, ਜੇ ਗਿਰੇ ਧਰ ਪੈ ਬੜ ਜਿਉਂ ਪੱਤ ਝਾੜੀ। ਬਸ ਐ ਸਮਝ ਲਓ ਇੱਕ ਘੜੀ ਵੀ ਨਹੀਂ ਲੱਗੀ ਪੂਰੀ, ਇੱਕ ਘੜੀ ਨਹੀਂ ਲੱਗੀ ਪੂਰੀ, ਬੜ ਜਿਉਂ ਪੱਤ ਝਾੜੀ। ਤਕਰੀਬਨ 2.5 ਘੰਟੇ ਦੀ ਘੜੀ ਮੰਨਦੇ ਨੇ, 2-2.5 ਘੰਟੇ ਹੀ ਲੱਗੇ ਨੇ ਜੰਗ ਨੂੰ, ਸਾਰੇ ਯੋਧੇ ਬਸ ਚੁੱਪ ਕਰਾ ਦਿੱਤੇ ਦੇ ਹੱਥੇ ਕਰਤੇ ਬਿਲਕੁਲ। ਵਰਜਿਓ ਪੱਤ ਝਾੜੀ, ਐ ਸਮਝ ਲਓ ਝੜ ਗਏ ਜਿਵੇਂ ਪੱਤ ਝੜ ਦੇ ਵਿੱਚ ਪੱਤੇ ਝੜ ਜਾਂਦੇ ਨੇ ਦਰਖਤ ਦੇ, ਸੌਖੇ ਜਿਹੇ ਝੜਤੇ। ਕਿ ਪਹਿਲਾਂ ਜਿਹੜੀ ਸੈਨਾ ਸੀ ਬਹੁਤ ਕੁਛ ਸੁਣ ਚੁੱਕੀ ਸੀ ਨਾ, ਇਹ ਤਾਂ ਆਪ ਹੀ ਅੜਦਾ ਸੀਗਾ, ਇਹ ਵੀ ਕੋਈ ਬਹੁਤੇ ਨਹੀਂ ਸੀ ਅੜਦੇ, ਪਤਾ ਲੱਗ ਗਿਆ ਸੀ ਇਹਨਾਂ ਨੂੰ ਵੀ। ਕਿ ਜਦ ਰੋਜ਼ ਇਹ ਚਰਚਾ ਹੁੰਦੀ ਹੈ ਪਤਾ ਤਾਂ ਲੱਗੇ ਜਾਂਦਾ ਨਾ ਵੀ ਗੱਲ ਕੀ ਹੈ।
ਮਾਰ ਚਮੂ ਚਤਰੰਗ ਲਈ ਤਬ ਲੀਨੋ ਹੈ ਸੁੰਭ ਚਮੁੰਡ ਕੁਆਗਾ। ਜਿਸ ਵਕਤ ਚਾਰੇ ਪ੍ਰਕਾਰ ਦੀ ਸੈਨਾ, ਪੈਦਲ, ਘੋੜਿਆਂ ਵਾਲੇ, ਰਥਾਂ ਵਾਲੇ ਔਰ ਹਾਥੀਆਂ ਵਾਲੇ, ਚਾਰੇ ਕਿਸਮ ਦੀ ਸੈਨਾ ਮਾਰਤੀ, ਫਿਰ ਸੁੰਭ ਨੇ ਆਪ ਅੱਗਾ ਲਿਆ, ਕੋਈ ਯੋਧਾ ਜਾਣੀ ਬਚਿਆ ਹੀ ਨਾ। ਸਾਹਮਣੇ ਆਉਣ ਨੂੰ ਸਾਰੇ ਜਵਾਬ ਦੇ ਗਏ, ਸਾਡੇ ਬਸ ਦੀ ਗੱਲ ਨਹੀਂ ਹੈ। ਉਹਨੇ ਵੀ ਦੇਖ ਲਿਆ ਕੋਈ ਫਾਇਦਾ ਨਹੀਂ ਹੈ, ਇਹਨਾਂ ਨੂੰ ਭੇਜ ਕੇ ਕੋਈ ਫਾਇਦਾ ਨਹੀਂ, ਹੁਣ ਕੋਈ ਖੜਦਾ ਨਹੀਂ ਹੈ। ਜਦੋਂ ਆਪਣਾ ਆਦਮੀ ਕੋਈ ਗਾਂ ਜਾ ਕੇ ਖੜੇ ਨਾ, ਬੇਇੱਜ਼ਤੀ ਹੁੰਦੀ ਹੈ, ਹਾਰ ਖਾ ਕੇ ਆ ਜਾਵੇ, ਕੁੱਟ ਖਾ ਕੇ ਆ ਜਾਵੇ, ਫਿਰ ਬੇਇੱਜ਼ਤੀ ਹੁੰਦੀ ਹੈ। ਉਹ ਆਪ ਹੋਇਆ ਅੱਗੇ ਸਮੁੰਡ ਸੁੰਭ ਚਮੁੰਡ ਕੁਆਗਾ। ਚਮੁੰਡ ਇਹਦਾ ਨਾਮ ਚਮੁੰਡਾ ਵੀ ਹੈ ਇਹਨਾਂ ਨੂੰ, ਹਾਲਾਂਕਿ ਚਮੁੰਡ ਉਹ ਰਾਕਸ਼ਸ ਹੈ ਇੱਕ, ਉਸ ਰਾਕਸ਼ਸ ਨੂੰ ਮਾਰਨ ਕਰਕੇ ਹੀ ਨਾਮ ਚਮੁੰਡਾ ਹੈ ਇਹਦਾ। ਚੰਡ ਔਰ ਮੁੰਡ ਦੇ ਵੱਧ ਜਦੋਂ ਕਰਨ ਕਰਕੇ ਦੁਰਗਾ ਦਾ ਨਾਮ ਚਮੁੰਡਾ ਵੀ ਹੈ, ਇੱਥੇ ਚਮੁੰਡਾ ਲਿਖਿਆ, ਚਮੁੰਡ ਕੁਆਗਾ ਤਾਂ ਕਰਕੇ ਲਿਖਿਆ। ਚਾਲ ਪਰਿਉ ਅਵਨੀ ਸਿਗਰੀ ਹਰ ਜੂ ਹਰ ਆਸਣ ਤੇ ਉੱਠ ਭਾਗਾ। ਐ ਸਮਝ ਲਓ ਸਾਰੀ ਧਰਤੀ ਦੇ ਉੱਤੇ ਹੀ ਹਲਚਲ ਵਿੱਚ ਗਈ ਵੀ ਜੇ ਸੁੰਭ ਹਾਰ ਗਿਆ, ਜਿਹੜੀ ਰਾਜਾ ਤਾਂ ਸੁੰਭ ਸੀ ਨਾ, ਇਉਂ ਲੱਗਦਾ ਹੈ ਵੀ ਇਹ ਅੱਗੇ ਦੀ ਪੰਕਤੀ ਇਹ ਦੱਸਦੀ ਹੈ ਵੀ ਜਿਹੜਾ ਸੁੰਭ ਹੈ ਇਹ ਸ਼ਿਵਜੀ ਦਾ ਭਗਤ ਹੈ। ਅਸਲ ਦੇ ਵਿੱਚ ਦੇਵਤਿਆਂ ਦੀ ਯਾਰ ਸ਼ਿਵਜੀ ਦੀ ਉਹ ਜੰਗ ਹੋ ਰਹੀ ਹੈ, ਇਹ ਸ਼ਿਵ ਦਾ ਭਗਤ ਹੈ। ਦੇਵਤਿਆਂ ਨੂੰ ਉਹ ਮੰਨਦੇ ਨਹੀਂ, ਇਹ ਲੜਾਈ ਦੇਵਤਿਆਂ ਦੀ ਯਾਰ ਇਹਨਾਂ ਦੀ ਹੋ ਰਹੀ ਹੈ, ਪੰਡਤਾਂ ਯੋਗੀਆਂ ਦੀ, ਯੋਗੀਆਂ ਦੀ ਪਰ ਪੰਡਤਾਂ ਦੀ। ਇਹ ਸ਼ਿਵਜੀ ਦਾ ਭਗਤ ਹੈ, ਅੱਗੇ ਆਉਂਦੀ ਹੈ। ਚਾਲ ਪਰਿਉ ਅਵਨੀ ਸਿਗਰੀ ਹਰ ਜੂ ਹਰ ਆਸਣ ਤੇ ਉੱਠ ਭਾਗਾ। ਹਰ ਜੂ ਹਰ ਆਸਣ ਤੇ ਉੱਠ ਭਾਗਾ, ਸ਼ਿਵਜੀ ਉੱਠ ਕੇ ਪੁੱਛ ਲਿਆ ਵੀ ਮੇਰਾ ਹੁਣ ਚੇਲਾ ਆਖਰੀ ਗਿਆ, ਪਤਾ ਨਹੀਂ ਕੀ ਹੋਣ ਵਾਲਾ, ਹੁਣ ਤਾਂ ਬਾਕੀ ਤਾਂ ਸਾਰੇ ਹਾਰ ਗਏ, ਇੱਕੋ ਹੀ ਆਦਮੀ ਬਚਿਆ ਹੈ, ਇਹ ਹੁਣ ਅੱਗੇ ਹੋਇਆ, ਜੇ ਇਹ ਹਾਰ ਗਿਆ ਮੇਰਾ ਕੱਖ ਨਹੀਂ ਰਹਿਣਾ। ਦੇਖੋ ਇੰਦਰ ਨੂੰ ਨਹੀਂ ਫਿਕਰ ਪਿਆ, ਫਿਕਰ ਸ਼ਿਵਜੀ ਨੂੰ ਪੈਂਦਾ। ਵਿਸ਼ਨੂੰ ਨੂੰ ਨਹੀਂ ਫਿਕਰ ਪੈਂਦਾ, ਫਿਕਰ ਸ਼ਿਵਜੀ ਨੂੰ ਪੈਂਦਾ। ਇਹਦਾ ਮਤਲਬ ਹੈ ਸ਼ਿਵਜੀ ਦੇ ਪੱਖ ਦੇ ਨੇ ਬੰਦੇ, ਸ਼ਿਵਜੀ ਦੇ ਚੇਲੇ ਨੇ ਸਾਰੇ ਇਹ। ਰਾਵਣ ਵੀ ਸ਼ਿਵ ਭਗਤ ਹੈ। ਹਾਂ ਹਾਂ ਹਾਂ, ਸ਼ਿਵਜੀ ਰਾਵਣ ਵੀ ਸ਼ਿਵ ਭਗਤ ਹੈ। ਸੂਖ ਗਏ ਤਰਸ ਕੇ ਹਰ ਹਾਰ ਸੰਕੰਤੀ ਅੰਕ ਮਹਾਂਪਿਉ ਜਾਗਾ। ਸੂਖ ਗਏ ਤਰਸ ਕੇ ਹਰ ਹਾਰ ਹਾਰ ਤੇ ਕੰਮਾਂ ਲੱਗੂਗਾ। ਸ਼ਿਵਜੀ ਦੇ ਗਲ ਦਾ ਹਾਰ ਜਿਹੜਾ ਸੱਪ ਆ ਉਹ ਵੀ ਸੁੱਕ ਗਿਆ, ਗਲ ਚ ਹਾਰ ਹੈ ਉਹਦੇ, ਸੱਪ ਦਾ ਹੀ ਹਾਰ ਹੈ ਉਹਦੇ। ਵਿਸ਼ਨੂੰ ਦੇ ਤਾਂ ਮਾਇਆ ਦਾ ਉਹ ਵੀ ਸੱਪੇ ਹੀ ਹੈ, ਉਹਨੀ ਹੀਰਿਆਂ ਦਾ ਹਾਰ ਉਹ ਵੀ ਸੱਪੇ ਹੀ ਹੈ, ਮਾਇਆ ਨਾਗਣੀ ਉਹਦੇ ਹੋਰ ਕਿਸਮ ਦਾ ਸੱਪ ਹੈ, ਇਹਦੇ ਹੋਰ ਕਿਸਮ ਦਾ ਸੱਪ ਹੈ। ਸੋ ਸੰਕਤੀ ਅਹੰਕਾਰ ਦਾ ਸੱਪ ਹੈ, ਹੋਰ ਕਿਸਮ ਦਾ ਸੱਪ ਉਹਦੇ ਹੋਰ ਕਿਸਮ ਦਾ ਸੱਪ, ਦੋਹਾਂ ਦੇ ਹੀ ਨਾ, ਦੋਵੇਂ ਮਾਇਆਦਾਰੀ ਨੇ, ਮਾਇਆਦਾਰੀ ਦੋ ਹੀ ਨੇ। ਸੋ ਸੰਕਤ ਅੰਕ ਮਹਾਂਪਿਉ ਜਾਗਾ, ਇਹਦਾ ਮਨ ਹੈ ਨਾ, ਮਨ ਸ਼ਿਵਜੀ ਦਾ ਮਨ ਪ੍ਰਧਾਨ ਹੈ ਇੱਥੇ, ਸਭ ਤਾਂ ਮਨ ਮੱਤ ਹੈ, ਤ੍ਰਿਕੁਣੀ ਚ ਬੈਠਾ ਇੱਥੇ ਰੋਕ ਰਿਹਾ, ਇੱਥੇ ਮਨ ਕਿਵੇਂ ਰੁਕ ਜੂਗਾ, ਮਨ ਬੇਬਸ ਹੈ ਇਹਦਾ, ਬੇਕਾਬੂ ਹੈ ਮਨ। ਸੋ ਸੰਕਤ ਅੰਕ ਮਹਾਂਪਿਉ ਜਾਗਾ, ਸੁਸੰਕਤ ਅੰਕ ਮਹਾਂਪਿਉ ਜਾਗਾ, ਮਹਾਂਪਿਉ ਜਾਗਾ, ਐਸੀ ਸ਼ੰਕਾ ਪੈਦਾ ਹੋ ਗਈ, ਪੈ ਹੋ ਗਿਆ ਵੀ ਹੁਣ ਉਹ ਮੁਸ਼ਕਲ ਹੈ ਗੱਲ, ਵੀ ਹੁਣ ਬਚਾਅ ਨਹੀਂ। ਹੁਣ ਲਾਗ ਰਹੇ ਹੋ ਲਪਟਾਏ ਗਰੇ ਮਨ, ਸੁੰਭ ਵੀ ਤਾਂ ਇਹਦੇ ਵਰਗਾ ਹੀ ਸੀ ਜਿਹੜਾ ਪਹਿਲਾਂ ਹਾਰ ਗਿਆ ਨਾ ਭਾਈ, ਉਹ ਵੀ ਤਾਂ ਇਹੋ ਜਿਹਾ ਹੀ ਸੀ। ਮਹਾਂਮੋਠਾਂ 'ਚ ਬੜਾ ਛੋਟਾ ਕੌਣ ਹੁੰਦਾ, ਮਹਾਂਮੋਠਾਂ 'ਚ ਕੋਈ ਬੜਾ ਛੋਟਾ ਨਹੀਂ ਹੁੰਦਾ, ਐਵੇਂ ਉੱਨੀ ਵੀ ਦਾ ਐਵੇਂ ਮੂੰਹ ਮੁੱਲੀ ਫਰਕ ਹੁੰਦਾ। ਉਹਨੇ ਕਿਹਾ ਕਿੱਥੋਂ ਖੜਨ ਲੱਗਿਆ ਉਹ ਨਹੀਂ ਜਦ